दसो फिर तुसी की मंगना है? तू ना मेरा कदे सिर ना नीवा कराई सारी उम्र। तेरा बापू सूली आ जा दिया, उन्हें अपने ब्याह लई कदे नहीं मनना। ओ तेरी कुड़ी लोकां दे गुआहरियां विच अपने आशिक नूं मिलदी फिरदी आ। आओ ही नहीं यार, इहदी भैण अज कल आशिकी करदी फिरदी आ। चाची लस्सी पा दे, मैं सर नहाना। कुड़े अंदरों पा ला रूपी, जा अपनी सहेली राणो नू कह, वो पा दूगी अंदरों तेनू। हाँ मम्मी पा देनी आ मैं, आ जाए। हाय आ कदों फड़ा के गया तेनू? कहिंदा टेलीफोन तां मिलदा नहीं, खोल के दवे की है इहदे च। ਹਾਏ ਦੇਖੀ ਸ਼ਾਮ ਨੂੰ ਮਿਲਣ ਨੂੰ ਕਹਿੰਦਾ, ਰੂਪੀ ਕਰ ਕੁਛ ਲਾਪੀ ਬਹਾਨਾ। ਕਿਹਨੂੰ, ਘਰਦਿਆਂ ਨੂੰ ਜਾਂ ਛਿੰਦੇ ਨੂੰ? ਘਰਦਿਆਂ ਨੂੰ, ਤੈਨੂੰ ਪਤਾ ਤਾਂ ਹੈ ਕਿ ਨਾੜ ਪੈ ਉਹ 20-22 ਦਿਨ ਹੋ ਗਏ ਮਿਲਿਆ ਨੂੰ, ਮਿਲਣ ਨੂੰ ਤੜਪਣਿਆ ਹੋਣਾ ਤਾਂ। ਚੱਲ ਫਿਰ ਸ਼ਾਮ ਨੂੰ ਲੈਣ ਆਉਂ ਮੈਂ ਤੈਨੂੰ। ਚੱਲ ਹੁਣ ਲੱਸੀ ਤਾਂ ਪਾ ਦੇ। ਪਾਨੀ ਤੂੰ ਨਾਲੇ ਅਜੇ ਵੀ ਲੱਸੀ ਨਾਲ ਹੀ ਸਿਰ ਨੂੰ ਨਹੀਂ ਹੈ। ਆਪਣੇ ਬਾਪੂ ਤੋਂ ਕੇਸ਼ ਨਹੀਂ ਖਰ ਮੰਗ ਪਾਗਲ, ਪਤਾ ਕਿੱਡਾ ਵਧੀਆ ਸਾਬਣ ਆ ਉਹ। ਸਾਬਣ ਨਾਲ ਤਾਂ ਮੇਰੇ ਵਾਲ ਖਰਾਬ ਹੁੰਦੇ। ਲੈ ਫੜਾ ਟੱਕਣ। ਆਹੋ ਜੇ ਕੱਪੜੇ ਧੋਣ ਨਾਲ ਲਾਏਂਗੇ ਤਾਂ ਖਰਾਬ ਹੀ ਕਰੂਗਾ ਨਾ। ਚੰਗਾ ਰਾਣੋ, ਅੱਜ ਸ਼ਾਮੀ ਗੁਰਦੁਆਰੇ ਸਿਲਾਈ ਸਿਖਾਉਣ ਵਾਲੇ ਆਉਣਗੇ, ਆਪਾਂ ਚੱਲਾਂਗੇ। ਠੀਕ ਆ। ਹਾਏ ਦੇਖੀ ਮੈਂ ਕੀ ਕਰੂੰਗੀ ਉੱਥੇ। ਕੁੜੀਏ ਜਾਇਆ ਨਹੀਂ ਜਾਂਦਾ ਤੇਰੇ ਤੋਂ, ਕੱਪੜੇ ਸਿਉਣਾ ਕੋ ਮਾੜੀ ਗੱਲ ਹੈ। ਵਿਆਹ ਤੋਂ ਬਾਅਦ ਆਪਣੇ ਕੱਪੜੇ ਸੀਆਂ ਕਰੀ, ਸਹੁਰੇ ਘਰ ਤੇਰੀ ਇੱਜ਼ਤ ਵਧੂਗੀ ਕਿ ਕੁੜੀ ਨੂੰ ਸਾਰੇ ਕੰਮ ਆਉਂਦੇ ਨੇ। ਰੂਪੀ ਲੈ ਜੀ ਇਹਨੂੰ। ਚੰਗਾ ਚਾਚੀ। ਜਾਂ ਮੈਨੂੰ ਭੁੱਖ ਲੱਗ ਰਹੀ ਆ, ਰੋਟੀ ਲੈ ਕੇ ਆ। ਆ ਕੀ ਅੱਜ ਰੱਖੜੀਆਂ ਨੇ? ਮੇਰੇ ਤਾਂ ਯਾਦ ਹੀ ਨਹੀਂ ਸੀ। ਪਰ ਮੈਨੂੰ ਤਾਂ ਸੀ। ਚੱਲ ਮੰਗ ਫਿਰ ਕੀ ਮੰਗਣਾ। ਮੈਂ ਕੀ ਮੰਗਣਾ ਵੀਰੇ। ਚੱਲ ਫਿਰ ਬੈਠ ਤੂੰ। ਆ ਚੈੱਕ ਤੇਰਾ ਸੂਟ। ਹਾਏ ਸੂਟ, ਮਤਲਬ ਤੁਹਾਨੂੰ ਯਾਦ ਸੀ ਵੀਰੇ? ਹਾਂ ਬਿਲਕੁਲ। ਚਲੋ ਦੱਸੋ ਫਿਰ ਤੁਸੀਂ ਕੀ ਮੰਗਣਾ। ਮੈਂ ਤਾਂ ਕੀ ਮੰਗਣਾ ਆ, ਤੂੰ ਨਾ ਮੇਰਾ ਕਦੇ ਸਿਰ ਨਾ ਨੀਵਾ ਕਰਾਈ ਸਾਰੀ ਉਮਰ। ਠੀਕ ਆ। ਠੀਕ ਆ। ਲੱਡੂ ਕਿੱਥੋਂ ਲੈ ਕੇ ਆਈ ਨੂੰ? ਭੋਲੇ ਦੀ ਦੁਕਾਨ ਤੋਂ। ਸਵਾਦ ਹੈ ਨਾ? ਭੋਲਾ ਨਾ ਹੱਥ ਨਹੀਂ ਧੋਂਦਾ, ਥੋੜ੍ਹਾ ਦੇਖ ਕੇ ਜਾਇਆ ਕਰੋ। ਅੱਗੇ ਤਾਂ ਤੁਸੀਂ ਖਾ ਲੈਂਦੇ ਹੋ, ਹੁਣ ਤੁਹਾਨੂੰ ਬਾਹਲੇ ਨਖਰੇ ਆਉਂਦੇ ਨੇ। ਚੱਲੋ ਚੱਲੋ, ਇਹ ਤੇਰੇ ਵਾਲੇ ਨੂੰ ਕੋਈ ਚੱਜ ਦੀ ਜਗ੍ਹਾ ਨਹੀਂ ਮਿਲਦੀ, ਜਦੋਂ ਬੁਲਾਊ ਗੁਹਾਰਿਆਂ 'ਚ ਹੀ ਬੁਲਾਊ। ਪਤਾ ਕੀ ਆ,
ਉਹ ਨਾ ਸਾਰਾ ਦਿਨ ਡੰਗਰਾਂ 'ਚ ਰਹਿੰਦਾ ਤਾਂ ਹੀ ਤਾਂ ਇੰਨੇ ਗਹਾਰੇ ਪਸੰਦ ਨੇ ਇਸ ਨੂੰ। ਇਹ ਪਾਗਲ, ਇੱਥੇ ਕੋਈ ਆਉਂਦਾ ਨਹੀਂ, ਤੂੰ ਰੁੱਖ ਮੈਂ ਆਉਂਦੀ ਹਾਂ। ਨਾ ਇੰਨੇ ਦਿਨ ਕਿੱਥੇ ਸੀ ਤੂੰ? ਨਾਨਕੇ ਸੀ ਪਿਛਲੇ ਹਫ਼ਤੇ, ਦੋ ਦਿਨ ਪਹਿਲਾਂ ਹੀ ਆਈ ਹਾਂ। ਉਹ ਯਾਰ ਦੱਸ ਕੇ ਤਾਂ ਚਲੀ ਜਾਇਆ ਕਰ, ਤੈਨੂੰ ਪਤਾ ਮੇਰੇ 'ਤੇ ਕੀ ਬੀਤਦੀ ਆ। ਅੱਛਾ, ਜੇ ਇੰਨਾ ਹੀ ਹੈ ਤਾਂ ਵਿਆਹ ਕੇ ਆਪਣੇ ਕੋਲ ਰੱਖ ਲਾ, ਇੱਦਾਂ ਗੁਹਾਰਿਆਂ 'ਚ ਮਿਲਦੇ ਆਪਾਂ ਚੰਗੇ ਲੱਗਦੇ ਹੁਣ। ਉਹ ਕਾਸ਼ ਇੰਨਾ ਸੌਖਾ ਹੁੰਦਾ, ਨਾਲੇ ਤੁਹਾਡਾ ਟੈਲੀਫੋਨ ਕਿਉਂ ਨਹੀਂ ਮਿਲਦਾ? ਉਹ ਬਿੱਲ ਨਹੀਂ ਭਰੇਗਾ ਸਾਡੇ ਤੋਂ ਇਸ ਵਾਰ। ਨਾਲੇ ਇਹ ਦੱਸ, ਵਿਆਹ ਕਰਾਉਣਾ ਕਿਉਂ ਨਹੀਂ ਸੌਖਾ? ਉਹ ਉਹੀ ਤਾਂ ਮੈਂ ਸੋਚਦਾ ਰਹਿੰਦਾ ਕਿ ਆਪਣੇ ਘਰਦੇ ਮੰਨ ਜਾਣ। ਰਾਣੋ, ਜੇ ਤੇਰੇ ਨਾਲ ਵਿਆਹ ਨਾ ਹੋਇਆ ਮੇਰਾ, ਮੈਂ ਤਾਂ ਮਰ ਜੂਗਾ। ਹਾਏ, ਦੇਖੀ ਤੂੰ ਇੱਦਾਂ ਕਿਉਂ ਕਹਿੰਦਾ? ਰਾਣੋ, ਇੱਕ ਕੰਮ ਕਰੀਏ, ਆਪਾਂ ਭੱਜ ਚੱਲਦੇ ਹਾਂ। ਹਾਏ, ਆਪਾਂ ਇਹ ਜਿਹਾ ਕੰਮ ਨਹੀਂ ਕਰਨਾ। ਇਹਦਾ ਮਤਲਬ ਤੂੰ ਮੈਨੂੰ ਪਿਆਰ ਨਹੀਂ ਕਰਦੀ ਹੈ? ਕਰਦੀ ਹਾਂ ਦੇਖੀ, ਪਰ ਮੈਨੂੰ ਡਰ ਲੱਗਦਾ। ਉਹ ਡਰ ਵਾਲੀ ਗੱਲ ਨਹੀਂ ਯਾਰ, ਤੇਰਾ ਬਾਪੂ ਸੂਲੀ ਆਜ਼ਾਦ ਆ, ਉਹਨੇ ਆਪਣੇ ਵਿਆਹ ਲਈ ਕਦੇ ਨਹੀਂ ਮੰਨਣਾ। ਚੱਲ ਐਂ ਕਰ, ਹੁਣ ਤੂੰ ਇੱਥੋਂ ਜਾ, ਜਦੋਂ ਆਪਾਂ ਅਗਲੀ ਵਾਰੀ ਮਿਲਾਂਗੇ ਨਾ, ਤੈਨੂੰ ਮੈਂ ਦੱਸੂ ਕੀ ਕਰਨਾ। ਚੰਗਾ, ਫਿਰ ਤੂੰ ਆਪਣਾ ਖਿਆਲ ਰੱਖੀ। ਠੀਕ ਆ। ਤੇਰੀ ਕੁੜੀ ਲੋਕਾਂ ਦੇ ਗੁਆਰਿਆਂ ਵਿੱਚ ਆਪਣੇ ਆਸ਼ਕ ਨੂੰ ਮਿਲਦੀ ਫਿਰਦੀ ਆ। ਉਹ ਨਾਲ ਦੇ ਪਿੰਡ ਦਾ ਛਿੰਦਾ ਜਿਹੜਾ ਇਹਦੇ ਨਾਲ ਸਕੂਲ ਦੇ ਵਿੱਚ ਪੜ੍ਹਦਾ ਸੀ, ਉਹ ਤਾਂ ਸ਼ੁਕਰ ਹੈ ਮੈਂ ਦੇਖ ਲਏ। ਜੇ ਪਿੰਡ ਵਾਲਿਆਂ ਨੇ ਦੇਖ ਲਏ ਹੁੰਦੇ ਤਾਂ ਮੈਂ ਤਾਂ ਇਹਨੂੰ ਅੱਜ ਜਾਨ ਤੋਂ ਮਾਰ ਦੇਣਾ। ਬਾਪੂ ਜੀ, ਗੱਲ ਸੁਣ ਲੈ ਕੰਨ ਖੋਲ੍ਹ ਕੇ। ਮੇਰੇ ਤੋਂ ਪੁੱਛੇ ਬਗੈਰ ਜੇ ਇਹਨੂੰ ਰੋਟੀ ਪਾਣੀ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਦੇਖ ਕੇ ਕੋਈ ਮੁੰਡਾ ਇਹਦਾ ਮਕਲਾਵਾ ਕਰ ਦੇਣਾ। ਚੱਲ ਅੰਦਰ। ਅੱਜ ਕੱਲ੍ਹ ਆਸ਼ਕੀ ਕਰਦੀ ਫਿਰਦੀ ਆ। ਆਹੋ ਬਾਈ, ਉਹੀ ਆ ਆ ਨਾਲ ਦੇ ਪਿੰਡ ਦਾ ਮੁੰਡਾ ਜਿਹਦੇ ਨਾਲ ਇਹਦਾ ਚੱਕਰ ਚੱਲਦਾ ਇਹਦੀ ਭੈਣ ਦਾ। ਉਹ ਬਾਈ, ਤਾਂ ਹੀ ਤਾਂ ਅਗਲਾ ਕੁੜੀਆਂ ਜੰਮਣ ਤੋਂ ਡਰਦਾ, ਐਂ ਇੱਜ਼ਤ ਰੋੜਦੀਆਂ ਨੇ। ਹਾਂ ਮਾਰ ਦੇ ਬਾਈ ਮੈਨੂੰ, ਇਹੀ ਸਹੀ ਆ, ਕਿਉਂਕਿ ਰਾਣਾ ਨੂੰ ਮੈਂ ਜਿਉਂਦੇ ਜੀ ਤਾਂ ਭੁੱਲ ਨਹੀਂ ਸਕਦਾ, ਸ਼ਾਇਦ ਮਰ ਕੇ ਭੁੱਲ ਜਾਂ। ਜੱਗੀ ਬਾਈ, ਅਸੀਂ ਬੇਵਸ ਹਾਂ, ਮੈਂ ਰਾਣਾ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਰਾਣਾ ਮੇਰੇ ਤੋਂ ਬਿਨਾਂ। ਮਾਰ ਦੇ ਬਾਈ ਮੈਨੂੰ ਅਤੇ ਘਰ ਆ ਕੇ ਰਾਣਾ ਨੂੰ ਵੀ ਮਾਰ ਦੀ, ਕਿਉਂਕਿ ਜਿਉਂਦੇ ਜੀ ਤਾਂ ਮੇਰੇ ਤੋਂ ਭੁੱਲ ਨਹੀਂ ਹੋਣੀ, ਸ਼ਾਇਦ ਮਰ ਕੇ ਭੁੱਲ ਜੇ। ਮਾਰ ਦੇ ਬਾਈ ਮੈਨੂੰ। ਜੱਗੀ ਓਏ, ਉਹ ਜੱਗੀ
ਉਹ ਜੀਰੀ ਲੱਗ ਗਈ ਤੇਰੀ, ਬੁੰਦੇ ਬੁੰਦੇ ਮਿਲ ਗਏ ਕਿ ਨਹੀਂ? ਉਹ ਇਹਨੂੰ ਕੀ ਹੋਇਆ? ਬੋਲਦੇ ਹੀ ਨਹੀਂ ਯਾਰ। ਸਹੀ ਗੱਲ ਆ ਯਾਰ, ਮੈਂ ਵੀ ਕਈ ਦਿਨਾਂ ਦਾ ਦੇਖ ਰਿਹਾ ਇਹਨੂੰ, ਐਵੇਂ ਉਲਝਿਆ ਜਾ ਰਿਹਾ ਦਾ। ਮੰਮੀ ਤੂੰ ਕਿਉਂ ਰੋ ਰਹੀ ਆ? ਖੜੀ ਹੋ, ਬੈਠ ਇੱਥੇ। ਨਾ ਤੋਹਫਾ ਦਿੱਤਾ ਤੂੰ ਮੈਨੂੰ ਰੱਖੜੀਆਂ ਦਾ। ਵੀਰੇ ਮੇਰੇ ਤੋਂ ਗਲਤੀ ਹੋ ਗਈ, ਪਰ ਮੈਂ ਆਪਦੇ ਬਿਨਾਂ ਨਹੀਂ ਰਹਿ ਸਕਦੀ। ਤੇਰੀ ਗਲਤੀ ਨੂੰ ਸੁਧਾਰ ਕੇ ਆਇਆ, ਮਾਰ ਕੇ ਆਇਆ ਉਸ ਛਿੰਦੇ ਨੂੰ। ਤੂੰ ਵੀ ਜੇ ਜਿਉਂਦੀ ਰਹਿਣਾ ਨਾ ਤਾਂ ਭੁੱਲ ਜਾ ਉਸਨੂੰ। ਹੋਰ ਮੇਜਰ ਸਿੰਘ ਘਰ ਠੀਕ ਹੈ? ਸਾਰੇ ਵਧੀਆ ਜੀ। ਚਾਚਾ ਜੀ, ਆਪਣੀ ਰਾਣੋ ਕਿਵੇਂ ਹਾਰ ਜੇ ਗਈ? ਇਹ ਤਾਂ ਚੁੱਪ ਚੁੱਪ ਵੀ ਰਹਿੰਦੀ ਆ, ਪਹਿਲਾਂ ਤਾਂ ਹੱਸਦੀ ਰਹਿੰਦੀ ਸੀ ਇਹ। ਮੇਜਰ ਸਿੰਘ, ਤੂੰ ਤਾਂ ਵਿਚੋਲਗਿਰੀ ਕਰਦਾ ਹੀ ਹੈ, ਕਿਹੜੀ ਕੁੜੀ ਦਾ ਦਿਲ ਕਰਦਾ ਪੇਕੀ ਘਰ ਛੱਡਣ ਨੂੰ? ਇਹ ਤਾਂ ਕਮਲੀ ਐਵੇਂ ਦਿਲ ਹੌਲਾ ਕਰ ਲੈਂਦੀ ਆ। ਇਹ ਤਾਂ ਹੈ ਚਾਚਾ ਜੀ। ਚਲੋ ਫਿਰ ਐਂ ਕਰਦੇ ਹਾਂ ਜੀ, ਅਗਲੇ ਹਫ਼ਤੇ ਗੁਰਦੁਆਰਾ ਸਾਹਿਬ 'ਚ ਇਹਨਾਂ ਦਾ ਮੰਗਣਾ ਕਰ ਦਿੰਦੇ ਹਾਂ। ਦੇਖ ਵੀ ਮੇਜਰ ਸਿੰਘ, ਮੈਂ ਮੰਗਣੇ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ। ਤੂੰ ਮੁੰਡੇ ਵਾਲਿਆਂ ਨੂੰ ਪੱਕਾ ਕਰ, ਅਗਲੇ ਹਫ਼ਤੇ ਆਪਾਂ ਨੇ ਵਿਆਹ ਹੀ ਕਰ ਦੇਣਾ। ਜੋ ਜੋ ਵੀ ਸਮਾਨ ਮੁੰਡੇ ਵਾਲਿਆਂ ਨੂੰ ਚਾਹੀਦਾ ਹੋਊਗਾ ਮੈਂ ਸਾਰਾ ਦਊਂਗਾ। ਆਪਾਂ ਨੇ ਰਾਣੂ ਦਾ ਵਿਆਹ ਖੁੱਲ੍ਹੇ ਦਿਲ ਨਾਲ ਕਰਨਾ, ਮੈਂ ਬਾਪ ਹੋਣ ਦੇ ਪੂਰੇ ਫਰਜ਼ ਅਦਾ ਕਰਨੇ ਆ। ਚਲੋ ਫਿਰ ਇੱਦਾਂ ਹੀ ਹੋ ਚਾਚਾ ਜੀ, ਪਰ ਮੈਨੂੰ 15 ਕੁ ਦਿਨ ਦਾ ਟਾਈਮ ਚਾਹੀਦਾ, ਮੁੰਡੇ ਵਾਲਿਆਂ ਨੇ ਵੀ ਤਿਆਰੀਆਂ ਕਰਨੀਆਂ ਹੁੰਦੀਆਂ ਨੇ। ਹਾਂ ਇਹ ਤਾਂ ਠੀਕ ਹੈ, ਚਲੋ ਠੀਕ ਹੈ। ਚਲੋ ਠੀਕ ਹੈ ਚਾਚਾ ਜੀ, ਫਿਰ ਠੀਕ ਹੈ ਪੁੱਤ। 10 ਦਿਨ ਹੋ ਗਏ ਕੁੜੀ ਨੇ ਚੰਗੀ ਤਰ੍ਹਾਂ ਰੋਟੀ ਨਹੀਂ ਖਾਧੀ, ਇਸ ਹਿਸਾਬ ਨਾਲ ਤਾਂ ਸੁੱਕ ਕੇ ਫੱਟੀ ਬਣ ਜਾਣਾ ਉਹਨੇ ਕਮਰੇ 'ਚ ਬੈਠੀ ਨੇ। ਮੈਨੂੰ ਤਾਂ ਡਰ ਲੱਗਦਾ ਕਿਤੇ ਕੁਝ ਹੋਰ ਹੀ ਨਾ ਹੋ ਜਾਏ। ਤੂੰ ਚੁੱਪ ਕਰਕੇ ਬੈਠੀ ਰਹਿ, ਬਹੁਤੀਆਂ ਗੱਲਾਂ ਨਾ ਮਾਰ। ਅੱਜ ਆਇਆ ਸੀ ਵਿਚੋਲਾ, ਉਹ ਵੀ ਦੇਖ ਕੇ ਕਹਿੰਦਾ ਸੀ ਉਹ ਕੁੜੀ ਨੂੰ ਕੀ ਹੋ ਗਿਆ, ਬਿਲਕੁਲ ਸੁੱਕਦੀ ਜਾਂਦੀ ਹੈ, ਜੇ ਮੈਂ ਗੱਲ ਨਾ ਸੰਭਾਲਦਾ ਪਤਾ ਨਹੀਂ ਉਹ ਮੂਹਰੇ 'ਤੇ ਕਿਆ ਬੋਲਦਾ। ਤੂੰ ਘਬਰਾ ਨਾ, 10 ਦਿਨ ਤੱਕ ਮੈਂ ਇਹਦਾ ਵਿਆਹ ਕਰਕੇ ਇਹਨੂੰ ਘਰੋਂ ਤੋੜ ਦੇਣਾ, ਨਾਲੇ ਪੈ ਜਾ, ਆਪ ਵੀ ਸੌ ਜਾ, ਮੈਨੂੰ ਵੀ ਸੌਣ ਦੇ, ਨਾ ਤੰਗ ਕਰ। ਰਾਣੋ ਰਾਣੋ ਰਾਣੋ, ਉੱਠ ਉੱਠ, ਕੀ ਹੋਇਆ? ਚੱਲ ਚੱਲ ਛੇਤੀ ਕਰ, ਉੱਠ। ਰਾਣੋ ਮੈਨੂੰ ਨਹੀਂ ਪਤਾ ਮੈਂ ਸਭ ਸਹੀ ਕਰ ਰਹੇ ਹਾਂ ਗਲਤ, ਪਰ ਮੈਥੋਂ ਤੇਰੀ ਹਾਲਤ ਦੇਖੀ ਨਹੀਂ ਜਾਂਦੀ। ਜੇ ਤੂੰ 10 ਦਿਨ ਇੱਥੇ ਹੋਰ ਰਹੀ ਬਾਪੂ ਨੇ ਤੇਰਾ ਵਿਆਹ ਕਰ ਦੇਣਾ ਆ। ਖੈਰ ਬਦਨਾਮੀ ਤਾਂ ਹੋਊਗੀ ਬਾਪੂ ਦੀ ਆਪਣੇ ਦੀ, ਮੈਨੂੰ ਵੀ ਮੁੰਡੇ ਗੱਲਾਂ ਸੁਣਾਉਣਗੇ, ਸੱਥ 'ਚ ਗੱਲਾਂ ਹੋਣਗੀਆਂ, ਪਰ ਕੋਈ ਗੱਲ ਨਹੀਂ,
ਅਸੀਂ ਸਹਿ ਲਾਂਗੇ। ਹਾਂ ਛਿੰਦਾ ਜਿਉਂਦਾ ਇਹ। ਮਾਰ ਦੇ ਬਾਈ ਮੈਨੂੰ। ਛੱਡਿਆ ਤਾਂ ਸੀ, ਇਹ ਤੈਨੂੰ ਦਿਲੋਂ ਪਿਆਰ ਕਰਦਾ ਸੀ, ਪਰ ਇੱਕ ਗੱਲ ਮੇਰੀ ਦਿਮਾਗ 'ਚ ਬਿਠਾ ਲਾ, ਜੇ ਤੇਰੇ ਕਰਕੇ ਜਾਂ ਤੇਰੇ ਪਰਿਵਾਰ ਕਰਕੇ ਕਦੇ ਵੀ ਮੇਰੀ ਭੈਣ 'ਤੇ ਕੋਈ ਮੁਸੀਬਤ ਆਈ ਹੈ ਨਾ, ਤਾਂ ਤੂੰ ਆਪਣਾ ਹਿਸਾਬ ਲਾ ਲੈ। ਜੱਗੀ ਬਾਈ ਮੈਂ ਵਾਅਦਾ ਕਰਦਾ ਤੈਨੂੰ, ਰਾਣੋ ਦੀ ਆਪ ਮਰ ਜੂ ਮੈਂ, ਪਰ ਇਹ 'ਤੇ ਕੋਈ ਆਂਚ ਨਹੀਂ ਆਉਣ ਦਿੰਦਾ ਬਾਈ, ਮੈਂ ਤੇਰਾ ਸਾਰੀ ਜ਼ਿੰਦਗੀ ਸਾਨ ਨਹੀਂ ਭੁੱਲਦਾ ਇਹ। ਚੱਲ ਜਾ ਰਾਣੋ। ਮੈਂ ਇਹਦਾ ਵਿਆਹ ਕਰਕੇ ਇਹਨੂੰ ਘਰੋਂ ਤੋੜ ਦੇਣਾ। ਆਹੋ ਹੀ ਨਹੀਂ ਯਾਰ, ਜੀ ਭੈਣ ਅੱਜ ਕੱਲ੍ਹ ਅਸਕੀ ਕਰਦੀ ਫਿਰਦੀ ਆ। ਆਹੋ ਬਾਈ ਉਹੀ ਆ, ਆਹ ਨਾਲ ਦੇ ਪਿੰਡ ਦਾ ਮੁੰਡਾ ਜਿਹਦੇ ਨਾਲ ਇਹਦਾ ਚੱਕਰ ਚੱਲਦਾ ਜੀ ਭੈਣ ਦਾ। ਉਹ ਬਾਈ ਤਾਂ ਹੀ ਤਾਂ ਅਗਲਾ ਕੁੜੀਆਂ ਜੰਮਣ ਤੋਂ ਡਰਦਾ, ਐਂ ਇੱਜ਼ਤ ਰੋੜਦੀਆਂ ਨੇ। ਜੱਗੀ ਸਵੇਰ ਦਾ ਨਜ਼ਰ ਨਹੀਂ ਆ ਰਿਹਾ, ਮੈਂ ਵੀ ਨਹੀਂ ਦੇਖਿਆ, ਮੈਨੂੰ ਲੱਗਦਾ ਖੇਤ ਵਗ ਗਿਆ ਹੋਣਾ ਕੱਖ ਲੈਣ, ਅੱਜ ਸਾਜਰੇ ਚਲੇ ਗਿਆ ਖੇਤ। ਮੇਰੀਆਂ ਤਾਂ ਜੀ ਲੱਤਾਂ ਬਹੁਤ ਦੁਖਦੀਆਂ, ਤੁਸੀਂ ਐਂ ਕਰਿਓ ਮੈਨੂੰ ਪਟਿਆਲੇ ਡਾਕਟਰ ਕੋਲ ਲੈ ਕੇ ਜਾਇਓ। ਕੋਈ ਨਾ ਲੈ ਜੂੰਗਾ ਜੱਗੀ ਵੀ, ਬਸ ਭਲਾ ਇੰਨੀ ਸਾਜਰੇ ਖੇਤ ਜਾਣ ਦੀ ਕਿਆ ਜ਼ਰੂਰਤ ਸੀ, ਮੈਂ ਜਾਂਦਾ ਖੇਤ ਨੂੰ ਲਿਆਉਣਾ ਚਕਾ ਕੇ ਪੰਡਾਂ ਉਹਦੇ ਨਾਲ। ਉਹ ਜੱਗੀ ਪੁੱਤ, ਉਹ ਮੇਰੇ ਸ਼ੇਰ ਪੁੱਤ, ਉਹ ਯਾਰ ਇੰਨੇ ਸਾਜਰੇ ਨਾ ਆਇਆ ਕਰ ਕੱਖ ਵੱਢਣ। ਓਏ ਮੇਰਾ ਪੁੱਤ, ਓਏ ਮੇਰੇ ਪੁੱਤ, ਓਏ ਆ ਕੀ ਹੋ ਗਿਆ? ਰਾਣੋ, 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 ਰੱਖੜੀ ਇਹ ਦਿਨ ਬੜਾ ਹੀ ਅਨਮੋਲ ਹੈ, ਮੰਗੀ ਸੀ ਰੱਬ ਤੋਂ ਇੱਕ ਭੈਣ, ਉਹ ਅੱਜ ਮੇਰੇ ਕੋਲ ਹੈ। ਮਾਂ ਨੂੰ ਜਾਨ ਤੋਂ ਪਿਆਰੀ, ਬਾਪੂ ਨੇ ਕੁੱਟ ਕੁੱਟ ਸੁਧਾਰੀ, ਪਤਾ ਨਹੀਂ ਕਿਹੜੀ ਐਡੀ ਭੁੱਲ ਕਰ ਬੈਠੀ ਸੀ ਉਹ ਵਿਚਾਰੀ, ਭਾਵੇਂ ਮੂੰਹੋਂ ਕੋਈ ਮੰਗ ਨਹੀਂ ਸੀ ਉਹਦੀ, ਫਿਰ ਵੀ ਭਾਈ ਹੋਣ ਦਾ ਫਰਜ਼ ਨਿਭਾਉਂਗਾ ਮੈਂ ਉਹਦੀ ਇੱਕ ਖੁਸ਼ੀ ਲਈ, ਸੂਲੀ ਤੱਕ ਚੜ੍ਹ ਜਾਊਂਗਾ ਮੈਂ।
सूली तक चढ़ जाऊंगा मैं। हाँ जी, सत श्री अकाल जी। किदां दी लगी थोनू ये वीडियो? उम्मीद करदा वधिया लगी होगी। जे वीडियो वधिया लगी आ तां इसनू ज़्यादा तो ज़्यादा शेयर कर दिओ अपने फ्रेंड्स नाल, फैमिली नाल, तां कि असीं इन्हां चीज़ां तों मोटीवेट हो सकीए ते तुहाडे लई होर वधिया वधिया सोहणियां सोहणियां वीडियोज़ लेके आंदे रहीए। कॉमेंट्स जरूर कराया करो, कॉमेंट्स तों सानूं पता लगदा है कि थोनू वीडियोज़ किदां दीआं लगदियां ने। वीडियोज़ लेट चल रही ने, वीडियो क्रिकेट दे उत्ते वी आणी आ बहुत सोहणी, ओह एडिटिंग करके लेट हो रही आ। सो चैनल दे नाल जुड़े रहो। एक इंटरव्यू भी आया आ, तुहानूं एंड स्क्रीन ते वीडियो दिख जूगी, वह भी जरूर देख लियो। तो ज़्यादा तो ज़्यादा बस इदां ही प्यार बनाई रखो। बहुत सोहणियां सोहणियां वीडियोज़ थोड़े तक इदां ही लेके आते रहेंगे। प्यार बनाई रखो। सत श्री अकाल।